आंटी जी तुसी इदा करो बाहर बैठ जाओ, डॉक्टर आते हैं तो फिर मैं तुम्हें दस दिनी हाँ। उत्थे जाके तुसी बैड ते लेट जाओ। तुसी इत्थे आराम नाल लेट जाओ, डॉक्टर साहब आ रहे ने तो तुहानू चैक करके फिर दस देने। जी मैनू ये दस दो, कोई डरन वाली गल तो नहीं हैगी? मैनू ये तो पता नहीं कि डरन वाली गल है कि नहीं है, पर जब तुहाडे रात दी ब्लीडिंग हो रही सी तुसी रात ही आ जांदे। रात ना पौड़ी तो पैर थुड़क गया सी, माड़ी माड़ी ब्लीडिंग सी ते घर दे कहिंदे चल कोई नहीं रात औखी सौखी कढ लै, पर सवेरे तां कम खराब ही हो गया। मसा मसा तो तुहाडे रब ने सुनी आ, ते तुसी इस कंडीशन च रिस्क क्यों लै रहे हो? चलो हुण डॉक्टर साहब आ रहे ने, टेस्ट करके फिर तुहानू दस दिंदे ने, तुसी रेस्ट करो। ਮਾੜੀ ਜਿਹੀ ਤੁਹਾਨੂੰ ਬਲੀਡਿੰਗ ਹੋਈ ਹੈ, ਤੁਸੀਂ ਚੱਕ ਕੇ ਉਹਨੂੰ ਹਸਪੀਟਲ ਲੈ ਆਇਓ, ਤੁਹਾਨੂੰ ਪਤਾ ਵੀ ਹੈ ਡਾਕਟਰਾਂ ਨੇ ਇਹ ਗੱਲ ਦਾ ਹੋਆ ਬਣਾ ਲੈਣਾ। ਪੁੱਤ ਇਹੋ ਜਿਹੇ ਟਾਈਮ ਤੇ ਨਾ ਰਿਸਕ ਨਹੀਂ ਲਈਦਾ ਹੁੰਦਾ, ਆਪੇ ਡਾਕਟਰ ਦੇਖਣਗੇ ਹੁਣ ਕਿੱਦਾਂ ਕਰਨਾ। ਉਹ ਤਾਂ ਚਲੋ ਠੀਕ ਹੈ, ਪਰ ਚੱਕਰ ਇਹ ਪੈ ਰਿਹਾ ਨਾ ਅੱਜ ਐਤਵਾਰ ਹੈ, ਡਾਕਟਰ ਹਲੇ ਆਇਓ ਹੀ ਨਹੀਂ ਹੈ। ਨਰਸ ਨੇ ਕਿਹਾ ਤੇ ਹੈ ਵੀ ਹੁਣੇ ਡਾਕਟਰ ਆ ਜਾਏਗਾ, ਨਾਲੇ ਅਗਲਿਆਂ ਨੂੰ 40-50 ਹਜ਼ਾਰ ਰੁਪਏ ਮਿਲੇਗਾ, ਅਗਲਾ ਕਿੱਦਾਂ ਨਹੀਂ ਆਊਗਾ। ਮੰਮੀ ਮੈਂ ਜਦੋਂ ਘਰੋਂ ਨਿਕਲਣ ਲੱਗੀ ਸੀ ਨਾ ਰਾਧਿਕਾ ਦੀ ਮੰਮੀ ਨੂੰ ਫੋਨ ਕਰ ਦਿੱਤਾ ਸੀ, ਮੈਂ ਕਿਹਾ ਭਈ ਅਸੀਂ ਹਸਪੀਟਲ ਚੱਲੇ ਆ ਤੁਸੀਂ ਵੀ ਪਿੱਛੇ ਪਿੱਛੇ ਆ ਜਾਓ। ਆ ਤਾਂ ਨਾ ਤੂੰ ਵਧੀਆ ਕੀਤਾ, ਮੈਂ ਨਾ 9 ਮਹੀਨੇ ਪੂਰਾ ਧਿਆਨ ਰੱਖਿਆ ਸੀ ਵੀ ਘਰ ਚੱਲ ਨੋਰਮਲ ਡਿਲੀਵਰੀ ਹੋ ਜਾਏਗੀ, ਪਰ ਮੈਨੂੰ ਨਹੀਂ ਸੀ ਪਤਾ ਵੀ ਹਸਪਤਾਲ ਆਣਾ ਪਊਗਾ, ਹੁਣ ਕਿਤੇ ਆਪਰੇਸ਼ਨ ਨਾ ਕਰ ਛੱਡਣ। ਕੋਈ ਗੱਲ ਨਹੀਂ ਮੰਮੀ, ਆਪਰੇਸ਼ਨ ਹੁੰਦਾ ਨਾ ਤਾਂ ਬੇਸ਼ੱਕ ਡਾਕਟਰ ਆਪਰੇਸ਼ਨ ਕਰ ਦੇਣ, ਪਰ ਬੱਚਾ ਤੇ ਰਾਧਿਕਾ ਠੀਕ ਰਹਿਣ, ਆਪਰੇਸ਼ਨ ਤੋਂ ਬਾਅਦ ਨਾ ਆਪਾਂ ਰਾਧਿਕਾ ਨੂੰ ਖਵਾ ਪਿਆ ਕੇ ਨਾ ਤਗੜੀ ਤਾਜ਼ਾ ਕਰ ਦਾਂਗੇ। ਜਾ ਮਾੜਾ ਰਾਧਿਕਾ ਕੋਲ ਗੇੜਾ ਕੱਢਿਆ, ਤੇਰੀ ਲੋੜ ਨਾ ਹੋਵੇ ਉਹਨੂੰ। ਕੀ ਹੋ ਗਿਆ, ਤੁਸੀਂ ਇੱਕੋ ਦਮ ਰਾਧਿਕਾ ਨੂੰ ਹਸਪੀਟਲ ਲੈ ਆਏ? ਸਵੇਰ ਤੱਕ ਤਾਂ ਸਭ ਕੁਝ ਠੀਕ ਸੀਗਾ। ਇਹਨਾਂ ਜਨਾਨੀਆਂ ਵਾਲਾ ਮਸਲਾ ਵੈ, ਤੂੰ ਇਹਦੇ ਵਿੱਚ ਨਾ ਹੀ ਪੈ, ਬਾਕੀ ਡਾਕਟਰ ਆਉਂਦੇ ਆ ਨਾ ਫਿਰ ਉਹ ਦੱਸਦੇ ਨੇ ਕਿ ਕੰਡੀਸ਼ਨ ਹੈ ਰਾਧਿਕਾ ਦੀ। ਬਾਕੀ ਹੁਣ ਤੂੰ ਕਿਤੇ ਜਾਈ ਨਾ, ਪੈਸੇ ਦਾ ਅਰੇਂਜਮੈਂਟ ਹੈਗਾ ਹੈ ਨਾ ਤੇ ਸਾਈਨ ਹੋਣੇ ਨੇ ਤੇਰੇ, ਇੱਥੇ ਹੀ ਰਹੀਂ। ਪੈਸੇ ਤਾਂ ਨਾ ਮੈਂ ਵੀ ਲੈ ਕੇ ਟੁਰੀ ਹਾਂ, ਪੈਸਿਆਂ ਦੀ ਕੋਈ ਗੱਲ ਨਹੀਂ, ਪਰ ਤੂੰ ਇੱਥੇ ਹੀ ਰੁਕੀ, ਤੇਰੀ ਸਾਨੂੰ ਲੋੜ ਪੈ ਸਕਦੀ ਹੈ। ਪਰ ਫਿਰ ਵੀ ਮੈਨੂੰ ਦੱਸੋ ਨਾ, ਰਾਧਿਕਾ ਨੂੰ ਇੱਕਦਮ ਹਸਪੀਟਲ ਕਿਉਂ ਲੈ ਕੇ ਆਏ ਹੋ? ਵੀ ਉਹ ਠੀਕ ਹੈ ਨਾ, ਮੈਨੂੰ ਵੈਸੇ ਹੀ ਟੈਨਸ਼ਨ ਪਈ ਹੋਈ ਹੈ, ਜਦੋਂ ਤੋਂ ਤੁਸੀਂ ਫੋਨ ਕੀਤਾ ਪਿਆ ਇੱਥੇ ਆ ਕੇ ਮੇਰੀਆਂ ਵੈਸੇ ਲੱਤਾਂ ਕੰਬੀ ਜਾਂਦੀਆਂ ਨੇ। ਪਵਨ ਤੂੰ ਜ਼ਿਆਦਾ ਘਬਰਾ ਨਾ, ਜਦੋਂ ਡਿਲੀਵਰੀ ਹੋਣ ਵਾਲੀ ਹੁੰਦੀ ਨਾ ਉਦੋਂ ਮਾੜੀ ਮੋਟੀ ਦਿੱਕਤ ਲੇਡੀਜ਼ ਨੂੰ ਆ ਹੀ ਜਾਂਦੀ ਹੈ। ਪਰ ਫਿਰ ਵੀ ਭਾਬੀ ਇੱਕ ਵਾਰ ਰਾਧਿਕਾ ਕੋ ਗੇੜਾ ਕੱਢਿਆ ਵਾ ਅੰਦਰ, ਉਹਨੇ ਕਹਿਣਾ ਮੈਂ ਹਸਪੀਟਲ ਪਈ ਹਾਂ, ਆਪ ਇਹ ਦੁਕਾਨ ਤੇ ਬੈਠਾ। ਜੀ ਅਸੀਂ ਡਾਕਟਰ ਨੂੰ ਫੋਨ ਕਰ ਦਿੱਤਾ ਹੋਇਆ ਵਾ, ਉਹ ਥੋੜ੍ਹੀ ਦੇਰ ਤੱਕ ਆ ਰਹੇ ਨੇ ਅਤੇ ਉਸ ਤੋਂ ਬਾਅਦ ਉਹਨਾਂ ਦੇ ਟੈਸਟ ਹੋਣਗੇ ਫਿਰ ਤੁਹਾਨੂੰ ਦੱਸ ਦਿੱਤਾ ਜਾਏਗਾ। ਪਰ ਫਿਰ ਵੀ ਹਸਪੀਟਲ ਹੈ, ਇੱਕੋ ਦਮ ਐਮਰਜੈਂਸੀ ਕੇਸ ਆ ਜਾਂਦਾ, ਕੋਈ ਡਾਕਟਰ ਨੂੰ ਤਾਂ ਕਹੋ ਕਿ ਹਸਪੀਟਲ ਹੀ ਰਿਹਾ ਕਰਨ। ਤੁਹਾਨੂੰ ਵੀ ਪਤਾ ਕਿ ਅੱਜ ਐਤਵਾਰ ਹੈ ਅਤੇ ਐਤਵਾਰ ਨੂੰ ਸਾਰੇ ਆਲਮੋਸਟ ਜਿੰਨੇ ਵੀ ਡਾਕਟਰ ਹੁੰਦੇ ਨੇ ਸਾਰੇ ਛੁੱਟੀ 'ਤੇ ਹੁੰਦੇ ਨੇ, ਹੁਣ ਉਹਨਾਂ ਨੂੰ ਫੋਨ ਕੀਤਾ ਵਾ ਐਮਰਜੈਂਸੀ ਕੇਸ 'ਚ ਡਾਕਟਰ ਆ ਜਾਂਦੇ ਹੁੰਦੇ ਨੇ। ਕੋਈ ਗੱਲ ਨਹੀਂ ਜੀ, ਮੁੰਡਾ ਨਾ ਸਾਡਾ ਵੈਸੇ ਹੀ ਘਬਰਾ ਜਾਂਦਾ, ਤੁਸੀਂ ਡਾਕਟਰ ਨੂੰ ਆਲਣ ਦਿਓ, ਅਸੀਂ ਆਰਾਮ ਨਾਲ ਉਹਨਾਂ ਨਾਲ ਹੀ ਗੱਲ ਕਰਦੇ ਹਾਂ, ਤੂੰ ਬਹਿ ਜਾ ਵਿਚਾਰਾ। ਰੀਆ ਅਗਲਿਆਂ ਦਾ ਨਾ 2 ਘੰਟੇ ਪਹਿਲੇ ਦਾ ਫੋਨ ਆਇਆ ਹੋਇਆ ਤੇ ਆਪਾਂ ਆਨੇ ਪਏ ਆ 2 ਘੰਟੇ ਬਾਅਦ, ਇਹ ਆਪਣੇ ਵਾਸਤੇ ਨਾ ਚੰਗੀ ਗੱਲ ਨਹੀਂ ਹੈਗੀ। ਮੰਮੀ ਆਪਾਂ ਕਿਹੜਾ ਜਾਣ ਕੇ ਲੇਟ ਆਏ ਆ, ਤੁਹਾਨੂੰ ਪਤਾ ਤੇ ਹੈ ਆਪਾਂ ਨੂੰ ਤਾਂ ਘਰੋਂ ਨਿਕਲਦੇ ਨਿਕਲਦੇ ਹੀ 1/2 ਘੰਟਾ ਹੋ ਗਿਆ ਸੀਗਾ ਤੇ ਉਸ ਤੋਂ ਬਾਅਦ ਆਹ ਸਕੂਟਰੀ ਪੈਂਚਰ ਹੋ ਗਈ। ਅੱਜ ਨੂੰ ਦੇਖ ਲੈ, ਅੱਗੇ ਪਿੱਛੇ ਆਪਣੀ ਭੈਣ ਦੇ ਆਲੇ ਦੁਆਲੇ ਫਿਰਦਾ ਰਹਿੰਦਾ ਤੇ ਹੁਣ ਜਦੋਂ ਲੋੜ ਹੈ ਤਾਂ ਹੁਣ ਪਤਾ ਨਹੀਂ ਅਗਲੇ ਕਿੱਥੇ ਗਾਇਬ ਹੈ। ਮੰਮੀ ਤੁਸੀਂ ਵੀ ਨਾ ਪਤਾ ਨਹੀਂ ਕਹਿ ਕਹਿ ਜੀਆਂ ਗੱਲਾਂ ਕਰਦੇ ਹੋ, ਤੁਹਾਨੂੰ ਪਤਾ ਤੇ ਹੈ ਉਹ ਵੈਸ਼ਨੋ ਦੇ ਵੀ ਗਏ ਨੇ, ਉਹਨਾਂ ਮੈਨੂੰ ਕਹਿ ਕੇ ਗਏ ਸੀ ਕਿ ਮੈਂ ਮੱਥਾ ਟੇਕਣ ਚੱਲਾਂ ਵੀ ਮੇਰੀ ਭੈਣ ਦੇ ਸਾਰਾ ਕੁਝ ਠੀਕ ਹੋ ਜਾਵੇ। ਨਾ ਮੇਰੀ ਗੱਲ ਸੁਣ, ਤੂੰ ਘਰੋਂ ਤੁਰਨ ਲੱਗੀ ਨੇ ਥੋੜੇ ਬਹੁਤ ਪੈਸੇ ਚੱਕੇ ਸੀ, ਜੇ ਬਾਈ ਚਾਂਸ ਅੰਦਰ ਲੋੜ ਪੈ ਗਈ ਤੇ ਆਪਾਂ ਉੱਥੇ ਫਿਰ ਖਰਚ ਤਾਂ ਲਵਾਂਗੇ। ਇਸ ਗੱਲੋਂ ਤਾਂ ਤੁਹਾਡਾ ਮੁੰਡਾ ਬਾਲਾ ਹੀ ਸਿਆਣਾ, ਰਾਤੀ ਮੈਨੂੰ 40,000 ਰੁਪਇਆ ਫੜਾ ਗਏ ਸੀਗੇ ਵੀ ਹਸਪੀਟਲ ਜੇ ਲੋੜ ਪਈ ਤਾਂ ਤੂੰ ਹੀ ਖਰਚ ਦੀ, ਉਹਨਾਂ ਦੇ ਵਿੱਚੋਂ ਕਿਸੇ ਨੂੰ ਨਾ ਖਰਚਣ ਦੇ। ਪਰ ਕਿਉਂ, ਬਣਦਾ ਤਾਂ ਇਹਨਾਂ ਦਾ ਹੀ ਖਰਚਣਾ ਤੇ ਆਪਾਂ ਕਿਉਂ, ਕੁੜੀ ਨੇ ਹਜੇ ਛਿੱਲਾ ਕੱਟਣ ਆਣਾ ਤੇ ਆਪਾਂ ਉਹਦਾ 1.25 ਮਹੀਨਾ ਵੀ ਦੇਣਾ, ਇੰਨਾ ਖਰਚਾ ਹੋ ਜਾਣਾ ਹਜੇ ਆਪਣਾ। ਚਲੋ ਛੱਡੋ ਮੰਮੀ, ਕਿਉਂ ਇਸ ਟਾਈਮ ਤੇ ਆ ਕੇ ਆਪਾਂ ਪੈਸਿਆਂ ਦੀਆਂ ਗੱਲਾਂ ਕਰਦੇ ਪਏ ਆ, ਆਪਾਂ ਨੂੰ ਤਾਂ ਬਸ ਇੰਨਾ ਪਤਾ ਕਿ ਘਰ ਦੀ ਧੀ ਲਈ ਸਾਡੇ ਕੋਲ ਸਾਰਾ ਕੁਝ ਹੈਗਾ, ਨਾਲੇ ਹੁਣ ਘਰ ਦੀ ਧੀ ਦੇ ਨਾਲ ਨਾਲ ਇੱਕ ਜਵਾਕ ਵੀ ਆਉਣ ਵਾਲਾ, ਆਪਾਂ ਉਹਦਾ ਵੀ ਧਿਆਨ ਰੱਖਣਾ, ਸਾਰੀ ਉਮਰ ਉਹਨਾਂ ਦਾ ਵੱਧ ਕੇ ਹੀ ਕਰਨਾ ਕਿਉਂਕਿ ਧੀਆਂ ਦਾ ਕਰਨ ਨਾਲ ਨਾ ਬੰਦਾ ਵੱਧਦਾ ਹੀ ਹੈ, ਥੋੜ੍ਹਦਾ ਨਹੀਂ। ਓਹੋ ਮੈਂ ਤਾਂ ਤੈਨੂੰ ਟਾਲਦੀ ਪਈ ਸੀ, ਮੈਂ ਦੇਖਦੀ ਪਈ ਸੀ ਤੂੰ ਕਿਸੇ ਖਰਚੇ ਪਾਸੋਂ ਪਿੱਛੇ ਤਾਂ ਨਹੀਂ ਹਟਦੀ।
बस ठीक है, अगलिया ने तुहानू फोन किया भी कुड़ी तुहाडी दी कंडीशन ठीक नहीं हैगी ते तुसी आ जाओ, तुसी हो कि हॉस्पिटल दे बाहर खड़ के मेरे नाल गल्लां करी जांदे हो। चलो अंदर चलिए। मम्मी, राधिका दे मम्मी ते भरजाई आ गए। किद्दां भैन जी, दो घंटे पहले तुहानू फोन किया, धी दी फिक्र कोई नहीं? बस मासी जी, स्कूटरी पेंचर हो गई सी रस्ते जाते हुए, नहीं तो असं तो कदों के काले बैठे हाँ भी कदों सानू फोन आवे तो कदों असं जाइए। चल भाई ठीक है, डॉक्टर भी ना हुणे ही आई है तो उन्हें अंदर दाखिल किया है तो देखते हूँ की दसदा। वैसे मासी जी, तुसी पुछिया कुछ डॉक्टर नू? कोई डरन वाली गल तो नहीं हैगी? दस दो सानू हुणे ही खुल के। पूरे 9 महीने ना असी कुड़ी की जान खाई रखी है कि उपर थले ना हो, रात बस नीचे आँदी भी सीधा पैर फिसल गया तो ये ना ब्लीडिंग होने लग पी। रात तो असी औखे सौखे कट ली थी पर दिने ना साढ़े को रह नहीं होया तो मम्मी ने डॉक्टर को चेक करवा ले आए। चलो कोई नहीं, जे रब ने 9 महीने सौखे कटते ना तो आवे दिन सौखा निकल जाना, तुसी ना ज़्यादा बोझ ना पाओ। रिया तू जा जैसमीन नाल जाके ना अंदर कुड़ी ने देख के आ। कोई घबराने वाली गल तो नहीं हैगी? देखिए तुसी चेक किया उन्होंने? थानू पता उहदी रात दी कंडीशन ठीक नहीं हैगी, तुसी रात ही लैके आउंदे। सानू डॉक्टर जी ऐदा सीगा कि चल उन्हूं दर्दां घरे ही लग जांदियां ते नॉर्मल डिलीवरी हो जांदी। आ हालत विच तुसी पेशेंट तां ले आउंदे हो मगर उह डॉक्टर ते सिट दिंदे, डॉक्टर ही देखणगे। देखो उहदी कंडीशन तां मैं देख ली आ, जिस हिसाब नाल उहनूं ब्लड पैंदा ना उहदा ऑपरेशन नहीं होणा, नॉर्मल नहीं होणा। देखो जी असी बथेरियां थावां ते अरदासा कीतियां, बथेरियां थावां ते मत्थे भी टेके, 6 साल बाद रब ने सुनी है। जे तुहानू लगे कि ओपरेशन करके सब कुछ ठीक हो सकता है तो तुसी कर दो, बस सानू दोवें जने सही सलामत चाहिए। यूरिन टेस्ट होना, उहदी रिपोर्टां आ लैण दो फिर मैं दस दी की करना की नहीं करना। जैसमीन दीदी, 9 महीने आपां दीदी दा इन्ना ध्यान रखिया, लास्ट मौके ते आके ओपरेशन, ये गल चंगी नहीं हैगी। देख रही आ डॉक्टर ने तो डराना होंदा पर आपा ये कंडीशन च आके इन्हां तो बाहर भी नहीं जा सकते। दीदी आपा मम्मी ना गल करके किसी होर हॉस्पिटल चल के देखी, की पता उत्थे नॉर्मल डिलीवरी हो जावे। इधर उधर रिया, राधिका नूं लैके जावांगे ना तो खज्जल खराबी होएगी, हर हॉस्पिटल वाले ना इहो जिहे मौके ते फायदा ही चकदे ने। दीदी तुसी एक गल नोट की, जदों डॉक्टर ने कहा कि ऑपरेशन ही होना तो उन्होंने अपनी नर्स ने उन्होंने वाल बड़ी अजीब तरीके ना देखा, जिमें उन्होंने भी उन्होंने कोई गलत गल नज़र आई। चल रही है आप जिन्या गल्ला करांगे ना उन्ना ही उलझांगे। चला आप जरा राधिका नूं देख के आईए। सुनो दीदी नाल इदां दी कोई भी गल ना करियो, बोझ लैणगे। हाँ राधिका, किद्दां दर्द हो रही है? नहीं जैसमीन दीदी, कोई दर्द नहीं होंदी पई मेरे। जैसमीन दीदी जरा रुकियो, दीदी जे हुण तुहानूं डॉक्टर आके पुछोगे ना कि किद्दां, तुसीं कहियो थोड़ी थोड़ी दर्द तां मेरे हुंदी पई है, जे इन्नी गल कहोगे ना तां ही अगलियां ने ज़्यादा दर्द वाला टीका देना, की पता काका फिर सानूं जल्दी मिल जावे। वो तो चलो ठीक आ रही है, पर काके दा प्यो कित्थे जैसमीन दीदी? वो तो मिले ही नहीं आके मैनूं। इत्थे ही है राधिका, उह ना फाइल जी बनवांदा पिया सी, डॉक्टर ने कहा सी कोई ना मैं भेज दी हां उहनूं। दीदी हौसला रखियो, असीं सारे तुहाडे नाल आ, तुसीं हौसला नहीं हारना, नाले देखो लोकां नूं दिवाली ते गिफ्ट मिलदे आ, सानूं काका मिल जाणा। कोई ना घबरा ना, कार साइन हॉस्पिटल वाले साइन करवांदे ही हुंदे आ। ओह तां ठीक आ, पर इन्हां ने इत्थे लिखिया होया कि ऑपरेशन तां असीं कर दिंदे आ पर रिस्क तुहाडा रहेगा, तुसीं दस्सो मम्मी जी किद्दां करां? घर वाली तेरी नूं इन्हां दी, जिद्दां तुहाडा दिल करदा ना ओदां करो, असीं कुछ नहीं कहिंदे। पर फिर भी मम्मी जी ਮੈਨੂੰ ਡਰ ਜਿਹਾ ਲੱਗੀ ਜਾਂਦਾ ਵੀ ਕੱਲ੍ਹ ਨੂੰ ਕੋਈ 19 ਹੋ ਗਈ, ਤੁਸੀਂ ਸਾਰੇ ਮੈਨੂੰ ਬਲੇਮ ਨਾ ਕਰੋ, ਵੀ ਤੁਸੀਂ ਦੱਸੋ ਕਰਾਂ ਸਹਿਣ ਕਿ ਨਾ ਕਰਾਂ? ਦੇਖੋ ਜੀਜਾ ਜੀ, ਜੋ ਹੋਣਾ ਉਹ ਤਾਂ ਉਹਨਾਂ ਨੂੰ ਕਰਨਾ ਹੀ ਪੈਣਾ ਨਾ, ਰੱਬ 'ਤੇ ਡੋਰਾ ਛੱਡੋ, ਤੁਸੀਂ ਬਸ ਚੁੱਪ ਚਾਪ ਸਾਈਨ ਕਰੋ, ਅਗਲਿਆਂ ਨੇ ਆਪਣਾ ਕੰਮ ਵੀ ਸ਼ੁਰੂ ਕਰਨਾ। माया राधिका को जाके किमें उस्ताद घरे हुन्नी आ ते तुसी आले दुआले मेरे गेड़े मार दियो, हुण हॉस्पिटल आ गई
ਤੁਹਾਨੂੰ ਯਾਦ ਨਹੀਂ ਆਈ ਇੱਕ ਵਾਰ ਵੀ ਮੇਰੀ? ਮੈਨੂੰ ਤਾਂ ਜਿੱਦਾਂ ਜੈਸਨ ਭਾਬੀ ਨੂੰ ਫੋਨ ਕੀਤਾ ਮੈਂ ਤਾਂ ਉੱਦਾਂ ਹੀ ਆ ਗਿਆ, ਬਸ ਉੱਥੇ ਰਿਸੈਪਸ਼ਨ 'ਤੇ ਬੈਠਾ ਨਾ, ਐਡਰੈਸ ਅਡਰੂਸ ਲਿਖਾ ਰਿਹਾ ਸੀਗਾ ਅਤੇ ਉਹ ਬਸ ਦੱਸਦੇ ਪਏ ਸੀਗੇ ਕੁਛ। ਘਬਰਾਏ ਘਬਰਾਏ ਕਿਉਂ ਬੋਲਦੇ ਪਏ ਹੋ, ਜ਼ਬਾਨ ਕਿਉਂ ਲੜਖੜਾ ਰਹੀ ਹੈ? ਤੁਸੀਂ ਮੈਨੂੰ ਗੱਲ ਦੱਸ ਦਿਓ ਖੁੱਲ੍ਹ ਕੇ, ਹੋਇਆ ਕੀ ਤੁਹਾਨੂੰ? ਬਾਹਰ ਨਾ ਉਹਨਾਂ ਨੇ ਮੇਰੇ ਕੋਲ ਹੁਣੇ ਸੈਨ ਕਰਾਏ ਆ ਅਤੇ ਉਹਨਾਂ ਨੇ ਇਹ ਕਿਹਾ ਵਾ ਕਿ ਤੇਰਾ ਓਪਰੇਸ਼ਨ ਹੋਣਾ ਵਾ ਅਤੇ ਕੰਡੀਸ਼ਨ ਇੰਨੀ ਕੁ ਕ੍ਰਿਟੀਕਲ ਆ ਕਿ ਜਾਂ ਤੂੰ ਬਚੇਂਗੀ ਜਾਂ ਬੱਚਾ। ਮੈਂ ਤਾਂ ਡਾਕਟਰਾਂ ਨੂੰ ਉਸੇ ਟਾਈਮ ਹੀ ਕਹਿਤਾ ਕਿ ਮੈਨੂੰ ਤਾਂ ਰਾਧਿਕਾ ਚਾਹੀਦੀ ਹੈ, ਕਿਉਂਕਿ ਤੇਰੇ ਤੋਂ ਬਾਅਦ ਮੇਰੀ ਜ਼ਿੰਦਗੀ ਵੈਸੇ ਹੀ ਖਤਮ ਆ ਤਾਂ ਮੈਂ ਸਾਰੀ ਜ਼ਿੰਦਗੀ ਤੇਰੇ ਨਾਲ ਕੱਢਣਾ ਚਾਹੁੰਦਾ। ਪਿਛਲੇ 6 ਸਾਲ ਵੀ ਤਾਂ ਅਸੀਂ ਬਿਨ ਬੱਚੇ ਤੋਂ ਕੱਢੇ ਹੀ ਨੇ, ਅੱਗੇ ਵੀ ਬਿਨ ਬੱਚੇ ਤੋਂ ਕੱਢ ਲਾਂਗੇ। ਉਹ ਮੇਰੇ ਭੋਲੂਆ, ਆਹ ਵਾਲੇ ਟਾਈਮ 'ਚ ਨਾ ਡਾਕਟਰ ਤਾਂ ਵੈਸੇ ਡਰਾਉਂਦੇ ਹੁੰਦੇ ਆ ਅਤੇ ਤੁਸੀਂ ਡਰ ਗਏ ਹੋ। ਹਿੰਮਤ ਰੱਖੋ, ਕੁਛ ਨਹੀਂ ਹੁੰਦਾ ਮੈਨੂੰ ਅਤੇ ਤੁਹਾਡੇ ਬੱਚੇ ਨੂੰ, ਅਸੀਂ ਦੋਨੋਂ ਨਾ ਥੋੜ੍ਹੀ ਦੇਰ 'ਚ ਤੁਹਾਨੂੰ ਮਿਲਦੇ ਹਾਂ। ਚੱਲ ਠੀਕ ਆ, ਖਿਆਲ ਰੱਖ ਆਪਣਾ। ਤੁਸੀਂ ਨਾ ਬੱਚੇ ਨੂੰ ਬਚਾ ਲਿਓ, ਕਿਉਂਕਿ ਜੇ ਬੱਚਾ ਨਾ ਹੋਇਆ ਆਪਣੀ ਜ਼ਿੰਦਗੀ 'ਚ, ਐਵੇਂ ਸਾਰੀ ਜ਼ਿੰਦਗੀ ਮੈਨੂੰ ਤੁਸੀਂ ਲਾਂਭਾ ਦੇਣਾ ਕਿ ਮੈਨੂੰ ਪਿਓ ਨਹੀਂ ਬਣਾ ਸਕੀ। ਆ ਕਮਲੀਆਂ ਜਿਹੀਆਂ ਗੱਲਾਂ ਨਾ ਕਰ, ਹੁਣ ਤਾਂ ਤੈਂ ਆਪ ਹੀ ਹੌਸਲਾ ਦਿੱਤਾ ਮੈਨੂੰ ਕਿ ਮੈਂ ਤੇ ਬੱਚਾ ਤੁਹਾਨੂੰ ਮਿਲਦੇ ਪਏ, ਹੁਣ ਤੂੰ ਕਹਿੰਦੀ ਹੈ ਬੱਚੇ ਨੂੰ ਬਚਾ ਲਿਓ। ਜੀ ਰੱਬ ਵੀ ਨਾ ਮੇਰੇ ਨਾਲ ਨਾ ਰਿਸ਼ਤਿਆਂ ਨੂੰ ਲੈ ਕੇ ਕੋਈ ਨਾ ਕੋਈ ਖੇਡ ਖੇਡਦਾ ਹੀ ਖੇਡਦਾ, ਸੱਸ ਵੱਲੋਂ, ਭਰਜਾਈ ਵੱਲੋਂ, ਜੈਸਮੀਨ ਦੀਦੀ ਵੱਲੋਂ, ਸਭ ਨਾਲ ਹੁਣ ਰਿਸ਼ਤੇ ਜਾ ਕੇ ਠੀਕ ਹੋਏ ਨੇ ਜਿਹੜੇ ਵਿਗੜੇ ਹੋਏ ਸੀ। ਤਾਂ ਹੁਣ ਬੱਚੇ ਵੱਲੋਂ ਵੀ ਕੋਈ ਨਾ ਕੋਈ ਅੜਚਣਾ ਪੈਦਾ ਕਰੀ ਜਾਂਦਾ, ਪਤਾ ਨਹੀਂ ਕਦੋਂ ਠੀਕ ਹੋਣੀ। ਚੱਲ ਕੋਈ ਨਾ, ਫਿਕਰ ਨਾ ਕਰ, ਹੁਣ ਜੇ ਉਹਨੇ ਦਿੱਤਾ ਨਾ ਇਹਦੀ ਕੇਅਰ ਵੀ ਉਹੀ ਕਰੂਗਾ, ਛੱਡ ਦੇ ਉਹਦੇ 'ਤੇ ਡੋਰ। ਮੈਮ ਤੁਹਾਨੂੰ ਵੀ ਪਤਾ ਹੈ ਕਿ ਓਪਰੇਸ਼ਨ ਤੋਂ ਬਾਅਦ ਸਰੀਰ ਦਾ ਕੀ ਹਾਲ ਹੋ ਜਾਂਦਾ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਹਾਨੂੰ ਪੈਸਾ ਜ਼ਰੂਰੀ ਹੈ ਕਿ ਇਨਸਾਨੀਅਤ? ਤੁਹਾਨੂੰ ਵੀ ਪਤਾ ਹੈ ਕਿ ਉਹ ਇਸ ਹੋਸਪਿਟਲ 'ਚ ਆਏ ਨੇ ਅਤੇ ਵਿਸ਼ਵਾਸ ਕਰਕੇ ਆਏ ਨੇ, ਤੁਸੀਂ ਓਪਰੇਸ਼ਨ ਵਾਲਾ ਚੱਕਰ ਛੱਡੋ ਅਤੇ ਨੋਰਮਲ ਡਿਲੀਵਰੀ ਕਰੋ ਅਤੇ ਉਹਨਾਂ ਦੀ ਚੋਲੀ ਖੁਸ਼ੀਆਂ ਪਾਓ। ਵਾਹ ਲਵਪ੍ਰੀਤ, ਮੇਰੇ ਤੋਂ ਇੰਨੀ ਛੋਟੀ ਹੋ ਕੇ ਮੈਨੂੰ ਇੰਨੀ ਵਧੀਆ ਚੀਜ਼ ਸਿਖਾਤੀ, ਮੈਨੂੰ ਤਾਂ ਪਤਾ ਹੀ ਲੱਗਾ। ਮੈਡਮ ਇਹ ਸਾਰੀਆਂ ਚੰਗੀਆਂ ਗੱਲਾਂ ਤਾਂ ਮੈਂ ਤੁਹਾਡੇ ਤੋਂ ਸਿੱਖੀਆਂ ਨੇ, ਪਰ ਤੁਸੀਂ ਅੱਜ ਕਿਉਂ ਰਾਹ ਭਟਕ ਗਏ ਹੋ? ਪੈਸਾ ਨਾ ਵੱਡੇ ਵੱਡਿਆਂ ਦਾ ਦਿਮਾਗ ਖਰਾਬ ਕਰ ਦਿੰਦਾ, ਪਰ ਹੁਣ ਨਹੀਂ, ਚੱਲ ਆਪਾਂ ਹੁਣ ਨੋਰਮਲ ਡਿਲੀਵਰੀ ਕਰਦੇ ਹਾਂ। ਬੇਬੀ ਗੱਲ ਹੋਈ ਹੈ ਜੀ, ਤੇ ਰਾਧਿਕਾ ਨੇ ਕਿਹਾ ਹੈ ਕਿ ਇਹਨੂੰ ਸਭ ਤੋਂ ਪਹਿਲਾਂ ਇਹਦੇ ਫਾਦਰ ਸਾਹਿਬ ਹੀ ਚੱਕਣ। ਇੱਧਰ ਮੂੰਹ ਕਰਕੇ ਕੀ ਖੜਾ ਹੈ, ਚੱਕ ਆਪਣੀ ਧੀ ਨੂੰ। Oh.
राधिका भी ठीक है, बच्चा भी ठीक है। 2 घंटे बाद सारी जाके राधिका मिल सकते हो। मम्मी मेरे दोनों मुंडिया ना उन्होंने भैन मिल गई। मम्मी मैं मामी बन गई। मम्मी तुसी नानी बन गए, तुसी दादी, मैं प्यो। देख लो रब दे घर देर है, अंधेर नहीं। जो उन्हें इस दुनिया से इंसान को भेजा ना, तो उसकी सारी जरूरत पूरियां करता है, बस अपने टाइम के हिसाब से। जो टाइम सही होता है, इंसान को उसकी खुशियां आपे ही मिल जाती है।